ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਈ ਕੈਂਪ ਦੇ ਅੱਜ ਦੇ ਐਪੀਸੋਡ ਵਿੱਚ ਦੇਸ਼ ਵਿਦੇਸ਼ ਦੇ ਸਾਰੇ ਈ ਕੈਂਪਰਸ ਦਾ ਸਵਾਗਤ ਹੈ। ਅੱਜ ਦੇ ਐਪੀਸੋਡ ਦੇ ਵਿੱਚ ਸੈਗਮੈਂਟ ਸ਼ਾਮਲ ਹੋਣਗੇ ਅਧਿਆਪਕ ਮਹਾਨ, ਆਨੰਦਮਈ ਪਰਿਵਾਰਕ ਜੀਵਨ, ਕਿਛ ਸੁਣੀਐ ਕਿਛ ਕਹੀਐ, ਸੇਈ ਪਿਆਰੇ, ਰੀਡਰਸ ਆਰ ਲੀਡਰਸ। ਚੰਗਾ ਅਧਿਆਪਕ ਦਿਮਾਗ ਖੋਲ੍ਹਦਾ ਹੈ ਅਤੇ ਦਿਲ ਦੀਆਂ ਗਹਿਰਾਈਆਂ ਨੂੰ ਛੂੰਹਦਾ ਹੈ। ਚੰਗਾ ਅਧਿਆਪਕ ਦਿਮਾਗ ਖੋਲ੍ਹਦਾ ਹੈ, ਕੇਵਲ ਜਾਣਕਾਰੀ ਨਹੀਂ ਦੇਣੀ, ਕੇਵਲ ਸੂਚਨਾ ਨਹੀਂ ਦੇਣੀ। ਸੂਚਨਾ ਤਾਂ ਅੱਜ ਕੱਲ੍ਹ ਬੱਚੇ ਗੂਗਲ ਤੋਂ ਹੀ ਲੱਭ ਲੈਂਦੇ ਹਨ। ਅਧਿਆਪਕ ਦਾ ਫਰਜ਼ ਹੈ ਕਿ ਉਹ ਬੱਚਿਆਂ ਨੂੰ ਮੋਟੀਵੇਟ ਕਰੇ, ਬੱਚਿਆਂ ਨੂੰ ਸਟਿਮੂਲੇਟ ਕਰੇ, ਉਹਨਾਂ ਦੇ ਅੰਦਰ ਐਸੀ ਚੇਤਕ ਪੈਦਾ ਕਰੇ ਕਿ ਉਹਨਾਂ ਵਿੱਚ ਪੜ੍ਹਨ ਦੀ ਰੁਚੀ ਬਣ ਜਾਵੇ। ਸੋ ਇਸ ਲਈ ਅਧਿਆਪਕ ਨੇ ਦਿਲ ਦੀ ਗਹਿਰਾਈਆਂ ਨੂੰ ਛੂਹਣਾ ਹੈ। ਕਿਸ ਚੀਜ਼ ਨੂੰ ਕਿਸ ਨਾਟਕੀ ਅੰਦਾਜ਼ ਦੇ ਨਾਲ ਉਹਨੇ ਪੇਸ਼ ਕਰਨਾ ਹੈ ਤਾਂ ਕਿ ਬੱਚਿਆਂ ਦੇ ਵਿੱਚ ਪੜ੍ਹਨ ਦੀ ਇੱਛਾ ਜਾਗ੍ਰਿਤ ਹੋਵੇ। ਨਵ ਵਿਆਹੇ ਲੜਕੇ ਨੂੰ ਜਾਣੇ ਅਣਜਾਣੇ ਉਸਦੇ ਰਿਸ਼ਤੇਦਾਰ ਜਾਂ ਮਿੱਤਰ ਕੁਮੱਤਾਂ ਦਿੰਦੇ ਹਨ, ਅਤੇ ਨਵ ਵਿਆਹੀ ਲੜਕੀ ਨੂੰ ਵੀ ਜਾਣੇ ਅਣਜਾਣੇ ਉਸਦੇ ਰਿਸ਼ਤੇਦਾਰ ਜਾਂ ਸਹੇਲੀਆਂ ਕੁਮੱਤਾਂ ਦਿੰਦੇ ਹਨ। ਬੇਮਤਲਬ ਹੀ ਭਾਂਡੇ ਖੜਕੀ ਜਾਂਦੇ ਹਨ, ਸਿਆਣੇ ਬਣੀਏ ਇਆਣੇ ਨਹੀਂ। ਵਿਆਹ ਦੀ ਅਸਲ ਤਿਆਰੀ ਚੀਜ਼ਾਂ ਦੀ ਖਰੀਦਦਾਰੀ ਕਰਨਾ ਨਹੀਂ ਹੈ, ਵਿਆਹ ਦੀ ਅਸਲ ਤਿਆਰੀ ਲੋਕਾਂ ਦਾ ਇਕੱਠ ਕਰਨਾ ਨਹੀਂ ਹੈ। ਵਿਆਹ ਦੀ ਅਸਲ ਤਿਆਰੀ ਹੈ ਲੜਕਾ ਅਤੇ ਲੜਕੀ ਮਾਨਸਿਕ ਤੌਰ 'ਤੇ ਤਿਆਰ ਹੋਣ। ਲੜਕੇ ਵਾਲੇ ਸੋਚਣ, ਸਾਡੇ ਘਰ ਇੱਕ ਨਵਾਂ ਜੀ ਆ ਰਿਹਾ ਹੈ, ਅਸੀਂ ਸਾਰਿਆਂ ਨੇ ਰਲ ਕੇ ਉਹਦਾ ਦਿਲ ਆਪਣੇ ਪਰਿਵਾਰ ਦੇ ਵਿੱਚ ਰਚਾਉਣਾ ਮਚਾਉਣਾ ਹੈ। ਜੇ ਉਹਦਾ ਸੁਭਾਅ ਵੱਖਰਾ ਹੈ ਤਾਂ ਸਹਿਜੇ ਸਹਿਜੇ ਆਪਣੇ ਪਰਿਵਾਰਕ ਪਰੰਪਰਾਵਾਂ ਦੇ ਵਿੱਚ ਉਹਨੂੰ ਲੈ ਕੇ ਆਉਣਾ ਹੈ। ਲੜਕੀ ਨੂੰ ਇਸ ਗੱਲ ਲਈ ਤਿਆਰ ਕਰੀਏ ਕਿ ਜਿਸ ਘਰ ਦੇ ਵਿੱਚ ਤੂੰ ਜਾ ਰਹੀ ਹੈ ਤੇਰਾ ਹੁਣ ਸਦਾ ਲਈ ਇਹੀ ਘਰ ਹੈ। ਜਿੰਨਾ ਪਿਆਰ ਤੂੰ ਆਪਣੇ ਪੇਕਿਆਂ ਨਾਲ ਕਰਦੀ ਸੀ, ਜਿੰਨਾ ਪਿਆਰ ਸਤਿਕਾਰ ਤੂੰ ਉਹਨਾਂ ਨੂੰ ਦਿੰਦੀ ਸੀ, ਜਿੰਨੀ ਸੇਵਾ ਤੂੰ ਆਪਣੇ ਪੇਕਿਆਂ ਵਿੱਚ ਮਾਤਾ ਪਿਤਾ ਦੀ ਕਰਦੀ ਸੀ, ਓਨੀ ਹੀ ਸੇਵਾ ਤੂੰ ਹੁਣ ਸਹੁਰੇ ਪਰਿਵਾਰ ਦੇ ਵਿੱਚ ਆ ਕੇ ਕਰਨੀ ਹੈ। ਆਨੰਦ ਕਾਰਜ ਦੇ ਮੌਕੇ 'ਤੇ ਜੇ ਲੜਕੀ ਅਤੇ ਲੜਕੇ ਦੀ ਇਸ ਤਰੀਕੇ ਨਾਲ ਮਾਨਸਿਕ ਤਿਆਰੀ ਕਰਵਾਈ ਜਾਏਗੀ ਤਾਂ ਯਕੀਨਨ ਸਾਡੇ ਪਰਿਵਾਰਾਂ ਦੇ ਵਿੱਚ ਆਨੰਦ ਆਵੇਗਾ, ਖੁਸ਼ੀਆਂ ਆਉਣਗੀਆਂ। ਕਿਛ ਸੁਣੀਏ ਕਿਛ ਕਹੀਏ, ਕਿਛ ਸੁਣੀਏ ਕਿਛ ਕਹੀਏ ਸੈਗਮੈਂਟ ਵਿੱਚ ਅਸੀਂ ਪਿਛਲੇ ਐਪੀਸੋਡਸ ਦੇ ਵਿੱਚ ਗੱਲ ਕੀਤੀ ਸੀ ਸਵੋਟ ਦੀ, SWOT, ਸਾਰੇ ਸਟੂਡੈਂਟਸ ਲਈ। ਅਤੇ ਉਹ ਸੱਜਣ ਜਿਹੜੇ ਕੋਈ ਬਿਜ਼ਨਸ ਕਰਦੇ ਨੇ, ਕੋਈ ਐਂਟਰਪ੍ਰਨਿਓਰ ਕਰਦੇ ਨੇ, ਕੋਈ ਕਾਰੋਬਾਰ ਕਰਦੇ ਨੇ, ਉਹਨਾਂ ਲਈ ਇਹ ਸਵੋਟ ਬਹੁਤ ਹੀ ਕਮਾਲ ਦੀ ਚੀਜ਼ ਹੈ। ਬਹੁਤ ਸਾਰੇ ਈ ਕੈਂਪਰਸ ਨੇ, ਉਹਨਾਂ ਨੂੰ ਸਵੋਟ ਬਾਰੇ ਪਤਾ ਵੀ ਹੈ, ਉਹਨਾਂ ਨੇ ਸਾਨੂੰ ਲਿਖ ਕੇ ਵੀ ਭੇਜਿਆ ਹੈ, ਧੰਨਵਾਦ। ਅੱਜ ਅਸੀਂ ਸਾਰੇ ਈ ਕੈਂਪਰਸ ਨੂੰ ਬੇਨਤੀ ਕਰਾਂਗੇ ਕਿ ਆਪੋ ਆਪਣੀ ਗਿਆਨ ਗੋਲਕ ਤਿਆਰ ਰੱਖੋ ਅਤੇ ਨੋਟ ਕਰੋ ਕੀ ਹੈ ਸਵੋਟ, SWOT। ਐਸ ਦਾ ਮਤਲਬ ਹੈ ਸਟਰੈਂਥਸ, W ਵੀਕਨੈਸ, O ਓਪਰਚੁਨਿਟੀਜ਼, T ਥਰੈਟਸ। ਅਸੀਂ ਸਵੋਟ ਨੂੰ ਦੋ ਹਿੱਸਿਆਂ ਵਿੱਚ ਵਿਚਾਰਾਂਗੇ, ਸਾਡੇ ਅੰਦਰ ਦੇ ਐਸਪੈਕਟ ਅਤੇ ਬਾਹਰ ਵਾਲੇ ਐਸਪੈਕਟ। ਅੱਜ ਅਸੀਂ ਆਪਣੇ ਅੰਦਰਲੇ ਐਸਪੈਕਟਸ ਦੀ ਗੱਲ ਕਰਾਂਗੇ, ਭਾਵ ਸਾਡੀਆਂ ਸਟਰੈਂਥਸ ਅਤੇ ਵੀਕਨੈਸਿਸ। ਜਿਹੜੀ ਸਾਡੀ ਵੀਕਨੈਸ ਹੈ ਉਹਦਾ ਉਲਟਾ ਸਾਡੀ ਸਟਰੈਂਥ ਹੋਏਗੀ, ਜਾਂ ਜੋ ਸਾਡੀ ਸਟਰੈਂਥ ਹੈ ਉਹਦਾ ਉਲਟਾ ਸਾਡਾ ਵੀਕਨੈਸ ਹੋਏਗੀ, ਸਾਡੇ ਗੁਣ ਅਤੇ ਸਾਡੀਆਂ ਕਮਜ਼ੋਰੀਆਂ।
ਮਿਸਾਲ ਦੇ ਤੌਰ 'ਤੇ ਕਿਹੜੇ ਕਿਹੜੇ ਗੁਣ ਸਾਡੇ ਅੰਦਰ ਹੁੰਦੇ ਹਨ? ਮੈਂ ਬੇਨਤੀ ਕਰਾਂਗਾ, ਸਾਰੇ ਈ ਕੈਂਪਰ ਸੋਚਣਾ ਸ਼ੁਰੂ ਕਰੋ, ਤੁਹਾਡੇ ਅੰਦਰ ਕਿਹੜੇ ਕਿਹੜੇ ਗੁਣ ਨੇ? ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਮੇਰੇ ਅੰਦਰ ਇਹ ਗੁਣ ਹੈ। ਜਿਵੇਂ ਇੱਕ ਗੁਣ ਹੈ ਉੱਦਮੀ ਹੋਣਾ, ਅੰਮ੍ਰਿਤ ਵੇਲੇ ਉੱਠਣ ਦਾ ਗੁਣ, ਫਲੈਕਸੀਬਲ ਹੋਣਾ, ਰਿਸਪੈਕਟਫੁੱਲ ਹੋਣਾ, ਟੀਮ ਵਰਕਰ ਹੋਣਾ, ਕਿਸੇ ਦੇ ਨਾਲ ਮਿਲ ਕੇ ਕੰਮ ਕਰ ਸਕਣਾ, ਗੁੱਸਾ ਨਾ ਆਉਣਾ, ਬੜਾ ਸ਼ਾਂਤ ਸੁਭਾਅ ਹੋਣਾ, ਇੱਕ ਬੜਾ ਵੱਡਾ ਗੁਣ ਹੈ। ਇਨੀਸ਼ੀਏਟਿਵ ਹੋਣਾ, ਕਿਸੇ ਨਵੇਂ ਕੰਮ ਲਈ ਚਾਹ ਦੇ ਨਾਲ ਪਹਿਲ ਕਰਨੀ, ਪਲੈਨਰ ਹੋਣਾ, ਬਹੁਤ ਅੱਛੀ ਪਲੈਨਿੰਗ ਕਰ ਸਕਣਾ, ਕਿਸੇ ਵੀ ਕੰਮ ਲਈ ਬੜੇ ਸ਼ਾਂਤ ਸੁਭਾਅ ਨਾਲ ਵਧੀਆ ਪਲੈਨਿੰਗ ਕਰ ਲੈਣੀ, ਇਹ ਸਾਡੇ ਗੁਣ ਹਨ। ਇਹਦੇ ਉਲਟਾ ਸਾਡੀਆਂ ਕਮਜ਼ੋਰੀਆਂ ਹਨ। ਕੋਈ ਬੜਾ ਆਲਸੀ ਹੈ, ਕਿਸੇ ਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਹੈ, ਕੋਈ ਆਪਣੇ ਬਚਨ ਕਹਿ ਕੇ ਉਸ 'ਤੇ ਪੂਰਾ ਨਹੀਂ ਉਤਰ ਸਕਦਾ, ਕਮਿਟਮੈਂਟ ਕਰਦਾ ਫਿਰ ਉਹ ਪੂਰਾ ਨਹੀਂ ਕਰ ਸਕਦਾ। ਬੜਾ ਵੱਡਾ ਗੁਣ ਹੈ ਮੈਂ ਕਿਸੇ ਨੂੰ ਖਿਮਾ ਕਰ ਦਿੰਦਾ ਹਾਂ, ਅਤੇ ਮੇਰੀ ਕਮਜ਼ੋਰੀ ਹੈ ਮੈਂ ਕਿਸੇ ਨੂੰ ਖਿਮਾ ਹੀ ਨਹੀਂ ਕਰ ਸਕਦਾ, ਮੈਂ ਬਦਲਾ ਲੈਣਾ ਚਾਹੁੰਦਾ ਹਾਂ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ, ਸਾਰੇ ਈ ਕੈਂਪਰਸ ਆਪੋ ਆਪਣੀ ਸਟਰੈਂਥਸ ਨੂੰ ਨੋਟ ਕਰਨਾ ਸ਼ੁਰੂ ਕਰੋ। ਹੋ ਸਕਦਾ ਸਾਨੂੰ ਲੱਭਣ ਹੀ ਨਾ। ਹੋਰ ਇਹਦਾ ਵਧੀਆ ਤਰੀਕਾ ਆਪਣੇ ਮੰਮੀ ਪਾਪਾ ਨੂੰ ਕਹੋ, ਭੈਣ ਭਰਾ ਨੂੰ ਕਹੋ, ਫਰੈਂਡਸ ਨੂੰ ਕਹੋ ਕਿ ਮੇਰੇ ਅੰਦਰ ਕਿਹੜੇ ਕਿਹੜੇ ਗੁਣ ਨੇ ਤੂੰ ਦੱਸ। ਇਸ ਤਰ੍ਹਾਂ ਹੀ ਮੇਰੀਆਂ ਕਿਹੜੀ ਕਿਹੜੀ ਕਮਜ਼ੋਰੀਆਂ ਨੇ। ਆਪਣੀਆਂ ਕਮਜ਼ੋਰੀਆਂ ਲੱਭਣਾ ਹੋਰ ਔਖਾ ਗੱਲ ਹੈ, ਇੱਕ ਦੋ ਤਾਂ ਲੱਭ ਜਾਂਦੀਆਂ ਨੇ, ਅਤੇ ਜੇ ਕਹੀਏ 10 ਗੁਣ ਲੱਭੋ ਆਪਣੇ, 10 ਅਵਗੁਣ ਲੱਭੋ, ਤਾਂ ਇਹ ਲੱਭਣਾ ਔਖਾ ਹੁੰਦਾ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਓ ਅਸੀਂ ਸਾਰੇ ਆਪੋ ਆਪਣਾ ਸਵੋਟ ਐਨਾਲਿਸਿਸ ਕਰੀਏ, ਇਹ ਸਾਡੇ ਲਈ ਬਹੁਤ ਸਹਾਈ ਹੋਏਗਾ। ਕਿਵੇਂ ਸਹਾਈ ਹੋਏਗਾ? ਕਿ ਜੋ ਮੇਰੇ ਗੁਣ ਨੇ ਮੈਨੂੰ ਪਤਾ ਲੱਗ ਜਾਣਗੇ, ਮੈਂ ਉਹਨਾਂ ਗੁਣਾਂ ਨੂੰ ਹੋਰ ਫੋਕਸ ਕਰਾਂਗਾ। ਕੁਛ ਦਿਨ ਪਹਿਲਾਂ ਇੱਕ ਬੜੀ ਵਧੀਆ ਘਟਨਾ ਹੋਈ। ਇੱਕ ਸੱਜਣ, ਬੜੇ ਸੀਨੀਅਰ ਸੱਜਣ, ਉਹਨਾਂ ਨੇ ਮੈਨੂੰ ਯੂਨੀਵਰਸਿਟੀ ਦੀ 30 ਸਾਲ ਪੁਰਾਣੀ ਗੱਲ ਸੁਣਾਈ, ਅਤੇ ਨਾਲ ਉਹਨਾਂ ਨੇ ਕਿਹਾ ਕਿ ਸਰਬਜੀਤ, ਇਹ ਤੇਰੀ ਬੜੀ ਗਲਤੀ ਸੀ। ਮੈਂ ਉਹਨਾਂ ਦੀ ਗੱਲ ਸੁਣ ਲਈ। ਘਰ ਆ ਕੇ ਮੈਂ ਸੋਚਦਾ ਰਿਹਾ ਕਿ ਉਦੋਂ 30 ਸਾਲ ਪਹਿਲਾਂ ਸਟੇਜ 'ਤੇ ਮੈਂ ਜਿਹੜੀ ਇਹ ਗੱਲ ਕਹੀ ਸੀ, ਇਹ ਗਲਤ ਸੀ? ਪਰ ਨਹੀਂ, ਮੈਂ ਜਿੰਨਾ ਇਸ ਗੱਲ ਨੂੰ ਸੋਚਿਆ, ਮੈਨੂੰ ਲੱਗਿਆ ਨਹੀਂ, ਇਹ ਤਾਂ ਮੇਰੀ ਸਟਰੈਂਥ ਸੀ। ਉਸ ਸੈਮੀਨਾਰ ਦੇ ਵਿੱਚ ਸਾਰੇ ਹੀ ਬੰਦੇ ਇੱਕ ਪਾਸੇ ਦੀ ਗੱਲ ਕਰ ਰਹੇ ਸੀ, ਪਰ ਪਰਮਾਤਮਾ ਨੇ ਮੈਨੂੰ ਹਿੰਮਤ ਬਖਸ਼ੀ, ਮੈਂ ਉਹ ਸਾਰਿਆਂ ਦੀ ਪਰਵਾਹ ਕੀਤੇ ਬਗੈਰ ਆਪਣੀ ਗੱਲ 'ਤੇ ਅੜਿਆ ਰਿਹਾ। ਅਤੇ ਅੱਜ ਜਦੋਂ ਮੈਂ ਸੋਚ ਰਿਹਾ ਕਿ ਉਦੋਂ ਮੈਂ ਠੀਕ ਅੜਿਆ ਸੀ ਕਿ ਗਲਤ ਅੜਿਆ ਸੀ, ਮੈਨੂੰ ਲੱਗਦਾ ਮੈਂ ਠੀਕ ਅੜਿਆ ਸੀ। ਸੋ ਮੈਨੂੰ ਲੱਗ ਰਿਹਾ ਕਿ ਕੋਈ ਸੱਜਣ ਉਹ ਮੇਰੀ ਵੀਕਨੈਸ ਕਹਿ ਰਿਹਾ, ਪਰ ਉਹ ਅਸਲ ਵਿੱਚ ਮੇਰੀ ਸਟਰੈਂਥ ਹੈ ਕਿ ਮੈਂ ਪਰਵਾਹ ਨਹੀਂ ਕਰਦਾ ਕਿਸੇ ਦੀ। ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੈ ਨਾ ਹੀ। ਜੇ ਮੈਨੂੰ ਕੋਈ ਗੱਲ ਠੀਕ ਲੱਗਦੀ ਹੈ, ਤਾਂ ਮੈਂ ਇਹ ਨਹੀਂ ਵੇਖ ਰਿਹਾ ਕਿ ਮੇਰੇ ਨਾਲ ਕੋਈ ਹੋਰ ਖੜ੍ਹਾ ਹੋਵੇ ਤਾਂ ਹੀ ਮੈਂ ਖੜ੍ਹਾ ਹੋਵਾਂ। ਨਹੀਂ, ਜੇ ਮੈਨੂੰ ਠੀਕ ਲੱਗ ਰਹੀ ਹੈ ਤਾਂ ਮੈਂ ਉੱਤੇ ਦ੍ਰਿੜ ਹਾਂ। ਸੋ ਇਹ ਇੱਕ ਬੜੀ ਵੱਡੀ ਐਕਸਰਸਾਈਜ਼ ਹੈ। ਇਹਨੂੰ ਗੁਰਬਾਣੀ 'ਚ ਕਿਹਾ ਗਿਆ ਆਪਾ ਚੀਨਣ, ਆਪਣੇ ਆਪ ਨੂੰ ਚੀਨਣਾ, ਆਪਣੇ ਆਪ ਨੂੰ ਸਮਝਣਾ, ਆਪਣੇ ਗੁਣਾਂ ਨੂੰ ਵੀ ਪਛਾਣਨਾ, ਆਪਣੇ ਅਵਗੁਣਾਂ ਨੂੰ ਵੀ ਪਛਾਣਨਾ। ਇਹ ਪਹਿਲਾ ਕਦਮ ਹੋਏਗਾ, ਪਹਿਲੀ ਪੌੜੀ ਹੋਏਗੀ, ਪਹਿਲਾ ਸਟੈਪ ਹੋਏਗਾ ਆਪਣੇ ਆਪ ਨੂੰ ਸਵਾਰਨ ਦਾ। ਅੱਛਾ, ਜੇ ਅਸੀਂ ਹੁਣ ਦੂਸਰਿਆਂ ਦੇ ਗੁਣਾਂ ਦੀ ਲਿਸਟ ਬਣਾਵਾਂਗੇ ਤਾਂ ਵੀ ਸਾਡੇ ਅੰਦਰ ਚਾਅ ਪੈਦਾ ਹੋਵੇਗਾ ਵੀ ਉਹਦੇ 'ਚ ਇਹ ਬੜਾ ਵਧੀਆ ਗੁਣ ਹੈ, ਮੇਰੇ 'ਚ ਵੀ ਹੋਣਾ ਚਾਹੀਦਾ। ਜਦੋਂ ਅਸੀਂ ਆਪਣੀ ਵੀਕਨੈਸਿਸ ਦੀ ਲਿਸਟ ਬਣਾਵਾਂਗੇ, ਕਮਜ਼ੋਰੀਆਂ ਦੀ ਲਿਸਟ ਬਣਾਵਾਂਗੇ, ਫਿਰ ਅਸੀਂ ਉਹਨੂੰ ਘਟਾਉਣਾ ਚਾਹਾਂਗੇ ਕਿ ਜਿੰਨੀ ਹੋ ਸਕੇ ਮੈਂ ਘਟਾ ਲਵਾਂ। ਹਾਂ, ਕੋਈ ਊਣਾ ਨਹੀਂ ਅਤੇ ਕੋਈ ਪੂਰਾ ਨਹੀਂ, ਕੋਈ ਪੂਰਾ ਖਾਲੀ ਨਹੀਂ, ਕੋਈ ਪੂਰਾ ਭਰਿਆ ਨਹੀਂ। ਸਾਡੇ 'ਚ ਕੁਝ ਨਾ ਕੁਝ ਕਮੀਆਂ ਰਹਿਣਗੀਆਂ ਹੀ ਰਹਿਣਗੀਆਂ, ਅਤੇ ਸਾਡੇ ਸਾਰਿਆਂ 'ਚ ਕੁਝ ਨਾ ਕੁਝ ਗੁਣ ਜ਼ਰੂਰ ਹਨ। ਹਾਂ, ਸਾਡੀ ਚੜ੍ਹਾਈ, ਸਾਡੀ ਸਫਲਤਾ ਇਹਦੇ ਵਿੱਚ ਹੈ ਕਿ ਅਸੀਂ ਆਪਣੇ ਗੁਣਾਂ ਨੂੰ ਵਧਾਈਏ ਅਤੇ ਅਵਗੁਣਾਂ ਨੂੰ ਘਟਾਈਏ, ਗੁਣਾਂ ਦਾ ਸੰਗ੍ਰਹਿਣ ਕਰੀਏ ਅਤੇ ਅਵਗੁਣ ਛੱਡਦੇ ਜਾਈਏ। ਬਸ ਇਹੀ ਹੈ ਜੀਵਨ ਦੀ ਸਫਲਤਾ ਦਾ ਰਾਜ਼, ਇਹੀ ਹੈ ਪਰਮਾਤਮਾ ਦੇ ਨੇੜੇ ਹੋਣਾ। ਪਰਮਾਤਮਾ ਗੁਣੀ ਨਿਧਾਨ ਹੈ ਅਤੇ ਅਸੀਂ ਵੀ ਗੁਣੀ ਨਿਧਾਨ ਬਣ ਜਾਵਾਂਗੇ, ਅਸੀਂ ਵੀ ਗੁਣਾਂ ਨਾਲ ਭਰੇ ਜਾਵਾਂਗੇ, ਅਤੇ ਜਿੰਨਾ ਪਰਮਾਤਮਾ ਤੋਂ ਦੂਰ ਜਾਵਾਂਗੇ ਉਨਾ ਸਾਡੇ ਅੰਦਰ ਅਵਗੁਣ ਵਧਣਗੇ। ਔਰ ਆਉਂਦੇ ਐਪੀਸੋਡਸ ਦੇ ਵਿੱਚ ਅਸੀਂ ਜਿਹੜੇ ਬਾਕੀ ਦੋ ਐਸਪੈਕਟ ਨੇ, ਓ ਅਤੇ ਟੀ, ਓਪਰਚੁਨਿਟੀਜ਼ ਅਤੇ ਥਰੈਟਸ, ਈ ਕੈਂਪਸ ਮੈਂ ਸੋਚਦਾ ਕਿ ਜੋ ਵੀ ਨੌਜਵਾਨ ਜਾਂ ਵੱਡੇ ਵੀ, ਅਸੀਂ ਚਾਹੇ ਜਿਸ ਉਮਰ ਵਿੱਚ ਵੀ ਹਾਂ, ਜੇ ਅਸੀਂ ਪੂਰੀ ਇਮਾਨਦਾਰੀ ਨਾਲ ਆਪਣਾ ਸਵੋਟ ਕਰਨਾ ਸ਼ੁਰੂ ਕਰੀਏ, ਆਪਣਾ ਆਪਾ ਚੀਨਣ ਕਰਨਾ ਸ਼ੁਰੂ ਕਰੀਏ, ਤੁਸੀਂ ਦੇਖਣਾ
ਇੱਕ ਮਹੀਨੇ ਬਾਅਦ, ਇੱਕ ਸਾਲ ਬਾਅਦ, ਦੋ ਸਾਲਾਂ ਬਾਅਦ ਸਾਡੇ ਅੰਦਰ ਚੇਂਜ ਆਉਂਦੀ ਜਾਏਗੀ ਅਤੇ ਅਸੀਂ ਆਪਣੀ ਸਟਰੈਂਗਸ ਨੂੰ ਵਧਾ ਸਕਾਂਗੇ, ਅਸੀਂ ਆਪਣੀ ਓਪਰਚੁਨਿਟੀਜ਼ ਨੂੰ ਵਧਾ ਸਕਾਂਗੇ, ਅਸੀਂ ਆਪਣੀ ਵੀਕਨੈਸਿਸ ਨੂੰ ਘਟਾ ਸਕਾਂਗੇ ਅਤੇ ਸਾਡੇ ਜੀਵਨ 'ਚ ਆਉਣ ਵਾਲੀ ਜਿਹੜੇ ਖਤਰੇ ਨੇ, ਥਰੈਟਸ ਨੇ, ਅਸੀਂ ਉਹਨਾਂ ਨੂੰ ਵੀ ਘਟਾ ਪਾਵਾਂਗੇ। ਆਓ, ਇੱਕ ਇਹ ਬੜੀ ਵਿਲੱਖਣ ਐਕਸਰਸਾਈਜ਼ ਹੈ, ਇੱਕ ਵਿਲੱਖਣ ਉਪਰਾਲਾ ਹੈ, ਆਪਾਂ ਸਾਰੇ ਆਪਾਂ ਆਪਣੇ ਆਪ ਨੂੰ ਚੀਨਣਾ ਸ਼ੁਰੂ ਕਰ ਦੇਈਏ। ਔਰ ਇਸ ਵਾਰ ਦੇ ਆਂਸਰ ਲਿੰਕ 'ਤੇ ਸਵਾਟ ਦਾ ਇੱਕ ਲਿੰਕ ਹੋਏਗਾ, ਸਵਾਟ ਦੀ ਆਪਸ਼ਨ ਤੁਸੀਂ ਦਬਾਓਗੇ ਅਤੇ ਇੱਕ ਫਾਰਮ ਖੁੱਲ੍ਹ ਜਾਏਗਾ। ਉਸ ਫਾਰਮ ਦੇ ਵਿੱਚ ਆਪਣੀ ਸਟਰੈਂਗਸ ਵੀ ਭਰੀਏ, ਆਪਣੀ ਵੀਕਨੈਸਿਸ ਵੀ ਭਰੀਏ। ਅਤੇ ਮੈਂ ਇੱਕ ਬੇਨਤੀ ਫਿਰ ਕਰਦਾ ਕਿ ਆਪਣੇ ਆਪ ਨਾਲ ਲਿਹਾਜ਼ ਨਾ ਕਰਨਾ। ਜੇ ਕੋਈ ਗੁਣ ਨਹੀਂ ਹੈ ਤਾਂ ਲਿਖਣ ਦੀ ਕੋਸ਼ਿਸ਼ ਕਰਾਂਗੇ ਤਾਂ ਫਿਰ ਉਹ ਗਲਤ ਹੋ ਜਾਏਗਾ, ਅਤੇ ਜੇ ਕੋਈ ਅਵਗੁਣ ਹੈ ਉਹਨੂੰ ਛੁਪਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀ ਗਲਤ ਹੋ ਜਾਏਗਾ। ਹਾਂ, ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਤੁਹਾਡੇ ਇਹ ਜਿਹੜੇ ਸਵਾਟ ਦੇ ਫਾਰਮ ਹੋਣਗੇ, ਇਹ ਕਿਤੇ ਵੀ ਨਹੀਂ ਭੇਜੇ ਜਾਣਗੇ, ਸਾਡੇ ਕੋਲ ਸੁਰੱਖਿਅਤ ਹੋਣਗੇ। ਤੁਹਾਡਾ ਇਹ ਸਵਾਟ ਐਨਾਲਿਸਿਸ ਸਾਡੇ ਕੋਲ ਹੀ ਰੱਖਿਆ ਜਾਏਗਾ, ਇਹ ਕਿਤੇ ਸ਼ੇਅਰ ਨਹੀਂ ਕੀਤਾ ਜਾਏਗਾ, ਕੇਵਲ ਸਾਡੇ ਸੀਨੀਅਰ ਮੈਂਬਰ ਇਹਨੂੰ ਪੜ੍ਹਨਗੇ। ਮੈਂ ਬੇਨਤੀ ਕਰਾਂਗਾ ਸਾਰੇ ਅਸੀਂ ਆਪਣਾ ਸਵਾਟ ਇਹ ਭਰ ਕੇ ਭੇਜੀਏ। ਜੇ ਇਸ ਤੋਂ ਬਾਅਦ ਕੋਈ ਤੁਹਾਨੂੰ ਫਿਰ ਵੀ ਆਪਣੀ ਪਰਸਨੈਲਿਟੀ ਨੂੰ ਨਿਖਾਰਨ ਲਈ ਹੋਰ ਲੋੜ ਪਏਗੀ, ਅਸੀਂ ਯਤਨ ਕਰਾਂਗੇ ਆਉਂਦੇ ਐਪੀਸੋਡਸ ਦੇ ਵਿੱਚ ਇਹਦੇ ਲਈ ਇੱਕ ਵਿਸ਼ੇਸ਼ ਟੈਲੀਫੋਨ ਨੰਬਰ ਦਿਆਂਗੇ ਤਾਂ ਕਿ ਤੁਸੀਂ ਉਸ ਨੰਬਰ ਤੋਂ ਆਪਣੀ ਗੱਲਬਾਤ ਕਰ ਸਕੋ। ਰੀਡਰਸ ਆਰ ਲੀਡਰਸ। ਰੀਡਰਸ ਐਂਡ ਲੀਡਰ ਸੈਗਮੈਂਟ ਵਿੱਚ ਅੱਜ ਸਾਡੇ ਨਾਲ ਹਾਜ਼ਰ ਹੈ ਬੇਟਾ ਇੰਦਰਪਾਲ ਸਿੰਘ। ਇਹ ਬੇਟਾ 11ਵੀਂ ਕਲਾਸ ਦਾ ਸਟੂਡੈਂਟ ਹੈ ਔਰ ਇਸਨੇ ਪਿਛਲੇ 2 ਸਾਲਾਂ ਦੇ ਵਿੱਚ 25 ਤੋਂ ਵੱਧ ਕਿਤਾਬਾਂ ਪੜ੍ਹੀਆਂ ਹਨ ਆਪਣੀ ਸਕੂਲ ਦੀ ਪੜ੍ਹਾਈ ਤੋਂ ਇਲਾਵਾ। 9ਵੀਂ ਅਤੇ 10ਵੀਂ ਦੇ ਵਿੱਚ ਜਿੱਥੇ ਇਹਨੇ ਆਪਣੇ ਸਕੂਲ ਦੀ ਪੜ੍ਹਾਈ ਕੀਤੀ ਹੈ ਉਸ ਤੋਂ ਇਲਾਵਾ 25 ਕਿਤਾਬਾਂ ਇਹ ਬੇਟਾ ਪੜ੍ਹ ਚੁੱਕਾ ਹੈ। ਬਹੁਤ ਵੱਡੀ ਪ੍ਰੇਰਨਾ। ਮੈਂ ਸਾਰੇ ਈ ਕੈਂਪਸ ਨੂੰ ਕਹਾਂਗਾ ਕਿ ਅਸੀਂ ਵੀ ਆਪਣੀ ਸਕੂਲੀ ਸਿਲੇਬਸ ਤੋਂ ਇਲਾਵਾ ਵੀ ਕਿਤਾਬਾਂ ਪੜ੍ਹੀਏ। ਆਓ, ਸੁਣਦੇ ਹਾਂ ਬੇਟਾ ਇੰਦਰਪਾਲ ਸਿੰਘ ਤੋਂ ਸੈਗਮੈਂਟ ਰੀਡਰਸ ਆਰ ਲੀਡਰਸ। ਕੋਈ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਿੰਨੀ ਕੁ ਘਾਲਣਾ ਘਾਲ ਸਕਦਾ ਹੈ ਜਾਂ ਫਿਰ ਕਿੰਨੀ ਕੁ ਘਾਲਣੀ ਚਾਹੀਦੀ ਹੈ, ਇਹ ਮੈਨੂੰ ਪਤਾ ਲੱਗਿਆ ਦੀ ਐਲਕੈਮਿਸਟ ਪੜ੍ਹ ਕੇ। ਸੁਪਨੇ ਅਸੀਂ ਸਭ ਦੇਖਦੇ ਹਾਂ, ਪਰ ਸਾਡੇ 'ਚੋਂ ਕੋਈ ਕੋਈ ਹੁੰਦਾ ਹੈ ਜੋ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਜੀ ਜਾਨ ਨਾਲ ਦਿਨ ਰਾਤ ਮਿਹਨਤ ਕਰਦਾ ਹੈ। ਕਿਸੇ ਨੇ ਬੜੀ ਖੂਬਸੂਰਤ ਗੱਲ ਕਹੀ ਹੈ ਕਿ ਸੁਪਨੇ ਉਹ ਨਹੀਂ ਹੁੰਦੇ ਜੋ ਸਾਨੂੰ ਸੁੱਤਿਆਂ ਹੋਇਆਂ ਆਉਂਦੇ ਨੇ, ਸੁਪਨੇ ਉਹ ਹੁੰਦੇ ਨੇ ਜੋ ਸਾਨੂੰ ਸੌਣ ਹੀ ਨਹੀਂ ਦਿੰਦੇ। ਇਸ ਵਿਚਾਰ ਨੂੰ ਆਪਣੇ ਜੀਵਨ ਵਿੱਚ ਕਿਵੇਂ ਲਾਗੂ ਕਰੀਏ, ਇਸ ਗੱਲ ਨੂੰ ਦਰਸਾਉਂਦੀ ਹੈ ਪੌਲੋ ਕੋਏਲੋ ਦੀ ਲਿਖੀ ਹੋਈ ਇਹ ਕਿਤਾਬ ਦੀ ਐਲਕੈਮਿਸਟ। ਪੌਲੋ ਕੋਏਲੋ ਪੋਰਟੁਗੀਜ਼ ਭਾਸ਼ਾ ਦੇ ਇੱਕ ਲੇਖਕ ਹਨ ਜੋ ਕਿ ਸੰਸਾਰ ਦੇ ਪ੍ਰਮੁੱਖ ਰੂਹਾਨੀ ਲੇਖਕਾਂ ਵਿੱਚੋਂ ਇੱਕ ਹਨ। ਆਪ ਜੀ ਜਾਣ ਕੇ ਹੈਰਾਨ ਹੋਵੋਗੇ ਕਿ 1 ਨਹੀਂ 2 ਨਹੀਂ 5 ਨਹੀਂ 10 ਨਹੀਂ ਸਗੋਂ ਹੁਣ ਤੱਕ 80 ਭਾਸ਼ਾਵਾਂ ਵਿੱਚ ਇਸ ਕਿਤਾਬ ਦਾ ਅਨੁਵਾਦ ਕੀਤਾ ਜਾ ਚੁੱਕਾ ਹੈ। ਇਸ ਕਿਤਾਬ ਦੀ ਇੱਕ ਬੜੀ ਕਮਾਲ ਦੀ ਗੱਲ, ਨੋ ਮੈਟਰ ਵਟ ਹੀ ਡਜ਼ ਬਟ ਐਵਰੀ ਮੈਨ ਓਨ ਦਿਸ ਅਰਥ ਹੈਜ਼ ਅ ਸਿਗਨੀਫਿਕੈਂਟ ਰੋਲ ਟੂ ਪਲੇ ਇਨ ਦੀ ਹਿਸਟਰੀ ਆਫ ਦਿਸ ਵਰਲਡ ਐਂਡ ਮੋਸਟਲੀ ਹੀ ਡਜ਼ਨਟ ਨੋ ਅਬਾਊਟ ਇਟ। ਇਹ ਫਰਕ ਨਹੀਂ ਪਾਉਂਦਾ ਕਿ ਕੋਈ ਇਨਸਾਨ ਕੀ ਕਰਦਾ ਹੈ, ਪਰ ਹਰ ਵਿਅਕਤੀ ਇਸ ਸੰਸਾਰ ਦੇ ਇਤਿਹਾਸ ਵਿੱਚ ਇੱਕ ਉੱਘਾ ਯੋਗਦਾਨ ਪਾਉਂਦਾ ਹੈ ਅਤੇ ਆਮ ਕਰਕੇ ਉਸਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾ। ਕਿਤਾਬ ਦੇ ਪੰਨਾ ਨੰਬਰ 165 'ਤੇ ਪੌਲੋ ਕੋਏਲੋ ਜੀ ਲਿਖਦੇ ਹਨ, ਇਟਸ ਟਰੂ ਲਾਈਫ ਇਜ਼ ਟਰੂਲੀ ਜਨਰਸ ਟੂ ਦੋਜ਼ ਹੂ ਪਰਸਿਊ ਦੇਅਰ ਪਰਸਨਲ ਲੈਜੈਂਡ। ਇਹ ਗੱਲ ਸੱਚ ਹੈ, ਜ਼ਿੰਦਗੀ ਉਹਨਾਂ ਲਈ ਬੜੀ ਉਦਾਰ ਹੁੰਦੀ ਹੈ ਜੋ ਆਪਣੇ ਨਿੱਜੀ ਪੇਸ਼ਕਾਰੀ 'ਤੇ ਵਿਸ਼ਵਾਸ ਰੱਖਦੇ ਹਨ। ਦੀ ਐਲਕੈਮਿਸਟ ਪੜ੍ਹ ਕੇ ਉਹ ਕੁਝ ਸਿੱਖਣ ਨੂੰ ਮਿਲਦਾ ਹੈ ਜੋ ਇੱਕ 150 ਪੰਨਿਆਂ ਦੀ ਕਿਤਾਬ ਵਿੱਚ ਅਸੀਂ ਸੋਚ ਵੀ ਨਹੀਂ ਸਕਦੇ। ਆਓ, ਅਸੀਂ ਵੀ ਕੋਸ਼ਿਸ਼ ਕਰੀਏ, ਕੁਝ ਸਮਾਂ ਕੱਢੀਏ ਅਤੇ ਦੀ ਐਲਕੈਮਿਸਟ ਪੜ੍ਹੀਏ। ਅੱਜ ਸਾਡੇ ਨਾਲ ਹਨ ਮਾਨਸਰੋਵਰ ਗਾਰਡਨ ਦਿੱਲੀ ਤੋਂ ਕੈਪਟਨ ਯਸ਼ਪਾਲ ਸਿੰਘ ਜੀ, ਜੋ ਕਿ ਸਿੱਖੀ ਸਰੂਪ ਅਤੇ ਸਿੱਖ ਸਿਧਾਂਤਾਂ ਦਾ ਪਹਿਰਾ ਦਿੰਦੇ ਹੋਏ ਸਾਰੇ ਸੰਸਾਰ, ਦੇਸ਼ ਅਤੇ ਵਿਦੇਸ਼ ਘੁੰਮੇ ਹਨ। ਕੈਪਟਨ ਸਾਹਿਬ, ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਹੈ ਕਿ ਆਪ ਜੀ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਅਤੇ ਵਿਦੇਸ਼ ਦੇ ਪੱਧਰ 'ਤੇ ਕਿਸ ਜਗ੍ਹਾ 'ਤੇ ਦੇਖਦੇ ਹੋ ਅਤੇ ਪੰਜਾਬੀਅਤ ਕਿਸ ਕਿਸ ਮੋੜ 'ਤੇ ਕਿਤੇ ਕਿਤੇ ਮੋਢੀ ਬਣੀ ਹੈ ਅਤੇ ਕਿਸ ਕਿਸ ਲੈਵਲ 'ਤੇ ਪਿੱਛੇ ਪਿੱਛੇ ਹੈ? ਅਸੀਂ ਆਪ ਜੀ ਨਾਲ ਤੋਂ ਕੁਛ ਵਿਚਾਰ ਕਰਾਂਗੇ। ਕੈਪਟਨ ਸਾਹਿਬ, ਜਦੋਂ ਮੈਂ ਜਹਾਜ਼ ਦੀ ਨੌਕਰੀ ਸ਼ੁਰੂ ਕੀਤੀ ਅਤੇ ਮੈਨੂੰ ਇੱਕ ਆਪਣੇ ਸੀਨੀਅਰ ਦੀ ਗੱਲ ਹਾਲੇ ਤੱਕ ਨਹੀਂ ਭੁੱਲਦੀ,
ਉਹ ਕੈਪਟਨ ਸੁਪਰਿੰਟੈਂਡੈਂਟ ਸੀ ਅਤੇ ਮੈਂ ਸ਼ਿਪ 'ਤੇ ਟ੍ਰੇਨੀ ਸੀਗਾ ਅਤੇ ਉਹ ਆ ਕੇ ਮੈਨੂੰ ਕਹਿੰਦਾ ਹੈਲੋ ਮਿਸਟਰ ਸਿੰਘ ਹਾਊ ਆਰ ਯੂ ਮੈਂ ਕਿਹਾ ਆਮ ਫਾਈਨ ਅਤੇ ਮੈਂ ਉਸ ਵੇਲੇ ਸ਼ਿਪ ਦੇ ਉੱਤੇ ਇਕੱਲਾ ਹੀ ਪੰਜਾਬੀ ਸੀ ਸਿੱਖ ਸੀਗਾ ਅਤੇ ਉਹ ਕਹਿੰਦਾ ਕਿ ਮੈਂ ਬੜੇ ਪੰਜਾਬੀਆਂ 'ਚ ਵਿਚ ਰਿਹਾ ਹਾਂ ਉਹਨਾਂ ਨਾਲ ਕੰਮ ਕੀਤਾ ਹੈ ਅਤੇ ਮੈਨੂੰ ਪਤਾ ਹੈ ਕਿ ਪੰਜਾਬੀ ਬੜੇ ਮੁਸ਼ਕਤੀ ਬੜੇ ਉੱਦਮੀ ਅਤੇ ਬੜੇ ਮਿਹਨਤੀ ਹੁੰਦੇ ਹਨ ਅਤੇ ਤੂੰ ਉਹਨਾਂ ਦੇ ਨਾਮ ਨੂੰ ਲਾਜ ਨਾਲ ਲਾਈ ਅਤੇ ਉਹ ਜਿਹੜੇ ਬਚਨ ਉਹਨੇ ਸੰਨ 84 ਵਿੱਚ ਮੈਨੂੰ ਕਹੇ ਸੀਗੇ ਜਦੋਂ ਮੈਂ ਜਨਵਰੀ ਫਰਵਰੀ ਦਾ ਮਹੀਨਾ ਸੀਗਾ ਸ਼ਿਫਟ 'ਤੇ ਸੀ ਮੈਂ ਅਤੇ ਮੈਨੂੰ ਹਾਲੇ ਤੱਕ ਯਾਦ ਨੇ ਅਤੇ ਉਦੋਂ ਮੇਰੇ ਚੇਤ ਮਨ ਵਿੱਚ ਕਈ ਗੱਲਾਂ ਗੁਜ਼ਰੀਆਂ ਅਤੇ ਮੈਨੂੰ ਗੁਰੂ ਨਾਨਕ ਪਾਤਸ਼ਾਹ ਦੇ ਉਹ ਜਿਹੜੇ ਅਸੀਂ ਮੁੱਢਲੇ 3 ਅਸੂਲ ਕਹਿੰਦੇ ਹਾਂ ਜਿਹੜੇ ਜਗਤ ਨੂੰ ਗੁਰੂ ਸਾਹਿਬ ਨੇ ਦਿੱਤੇ ਕਿ ਕਿਰਤ ਕਰੋ ਵੰਡ ਕੇ ਛਕੋ ਅਤੇ ਨਾਮ ਜਪੋ ਅਤੇ ਮੈਂ ਸਮਝਦਾ ਸਾਡੇ ਪੰਜਾਬੀਆਂ ਦੀ ਘਾੜਤ ਘੜਨ ਵਿੱਚ ਗੁਰੂ ਸਾਹਿਬ ਨੇ ਜਿਹੜੀ ਹੈ ਆਪਣੇ ਉਪਦੇਸ਼ ਨੇ ਇਹਦਾ ਬੜਾ ਡੂੰਘਾ ਅਸਰ ਪਿਆ ਅਤੇ ਸਾਰੇ ਹੀ ਸੰਸਾਰ ਵਿੱਚ ਜਿਹੜੇ ਪੰਜਾਬੀ ਨੇ ਉਹ ਇਸ ਗੱਲੋਂ ਬੜੇ ਮਸ਼ਹੂਰ ਨੇ ਕਿ ਇਹ ਬੜੇ ਮਿਹਨਤੀ ਅਤੇ ਇਮਾਨਦਾਰ ਹੁੰਦੇ ਨੇ ਅਤੇ ਦ੍ਰਿੜ ਨਿਸ਼ਚੇ ਵਾਲੇ ਹੁੰਦੇ ਹਨ ਪਰ ਇਹਦੇ ਨਾਲ ਇੱਕ ਦੁੱਖ ਦੀ ਗੱਲ ਇਹ ਵੀ ਹੈ ਕਿ ਹੁਣ ਜੋ ਪਿਛਲੇ ਕੁਛ 15-20 ਸਾਲਾਂ ਤੋਂ ਮੈਂ ਓਬਜ਼ਰਵ ਕਰ ਰਿਹਾ ਕਿ ਨਵੀਂ ਪੀੜ੍ਹੀ ਵਿੱਚ ਕਿਰਤ ਕਰਨ ਦਾ ਰੁਝਾਨ ਜਿਹੜਾ ਹੈ ਉਹ ਘੱਟਦਾ ਜਾ ਰਿਹਾ ਵੈਸੇ ਤਾਂ ਮੈਂ ਪੜ੍ਹਾਈ ਨੂੰ ਵੀ ਕਿਰਤ ਵਿੱਚ ਹੀ ਲੈਂਦਾ ਹਾਂ ਕਿਉਂਕਿ ਜਦੋਂ ਸਟੂਡੈਂਟ ਲਾਈਫ ਵਿੱਚ ਬੱਚਾ ਬੰਦਾ ਹੁੰਦਾ ਹੈ ਤਾਂ ਪੜ੍ਹਾਈ ਕਰਨੀ ਹੀ ਉਹਦੀ ਕਿਰਤ ਹੁੰਦੀ ਹੈ ਸੋ ਜਦੋਂ ਮੈਂ ਕਹਾਂ ਕਿ ਕਿਰਤ ਕਰਨ ਦਾ ਰੁਝਾਨ ਘੱਟ ਰਿਹਾ ਹੈ ਅਤੇ ਜਿੱਥੇ ਹੱਥੀਂ ਕਿਰਤ ਕਰਨ ਦਾ ਰੁਝਾਨ ਘੱਟ ਰਿਹਾ ਹੈ ਉੱਥੇ ਵਿੱਦਿਆ ਪੜ੍ਹਨ ਦਾ ਅਤੇ ਵਿੱਦਿਆ ਕਮਾਉਣ ਦਾ ਰੁਝਾਨ ਵੀ ਜਿਹੜਾ ਹੈ ਉਹ ਘੱਟਦਾ ਪਿਆ ਹੈ ਅਤੇ ਇਸ ਚੀਜ਼ ਦਾ ਜਿਹੜਾ ਬੜਾ ਮਾੜਾ ਅਸਰ ਜਿਹੜਾ ਪ੍ਰਤੱਖ ਰੂਪ ਸਾਨੂੰ ਨਜ਼ਰ ਆ ਰਿਹਾ ਵਿੱਦਿਅਕ ਪੱਧਰ ਥੱਲੇ ਜਾਣ ਕਰਕੇ ਜਿਹੜੇ ਆਪਣੇ ਬੰਦੇ ਨੇ ਪੰਜਾਬੀ ਨੇ ਉਹ ਨੌਕਰੀਆਂ ਵਿੱਚ ਉਹਨਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ ਅੱਗੇ ਚੰਗੇ ਚੰਗੇ ਅਹੁਦਿਆਂ 'ਤੇ ਵੀ ਉਹਨਾਂ ਦੀ ਜਿਹੜੀ ਫੀਸਦ ਹੈਗੀ ਹੈ ਉਹ ਘੱਟਦੀ ਜਾ ਰਹੀ ਹੈ ਪਰਸੈਂਟੇਜ ਘੱਟਦੀ ਜਾ ਰਹੀ ਹੈ ਅਤੇ ਕਿਰਤ ਨਾ ਕਰਕੇ ਜਿਹੜੀਆਂ ਹੋਰ ਸਮੱਸਿਆਵਾਂ ਨੇ ਮਾਨਸਿਕ ਸਮੱਸਿਆਵਾਂ ਨੇ ਚਾਹੇ ਉਹ ਡਿਪਰੈਸ਼ਨ ਹੈ ਚਾਹੇ ਉਹ ਸੁਸਾਈਡ ਹੈ ਜਾਂ ਹੋਰ ਮਾਨਸਿਕ ਪਰੇਸ਼ਾਨੀਆਂ ਨੇ ਉਹ ਵੀ ਵਧਦੀਆਂ ਨੇ ਕਿਉਂਕਿ ਕਿਰਤ ਕਰਨ ਦੇ ਨਾਲ ਮੁਸ਼ਕਤ ਕਰਨ ਨਾਲ ਮਨੁੱਖ ਥੱਕਦਾ ਹੈ ਉਹਨੂੰ ਭੁੱਖ ਵਧੀਆ ਲੱਗਦੀ ਹੈ ਉਹਨੂੰ ਨੀਂਦ ਵਧੀਆ ਆਉਂਦੀ ਹੈ ਅਤੇ ਤਰੋ ਤਾਜ਼ਾ ਹੋ ਕੇ ਉੱਠਦਾ ਹੈ ਅਤੇ ਇਹਦੇ ਨਾਲ ਇੱਕ ਹੋਰ ਗੱਲ ਹੋ ਰਹੀ ਹੈ ਮੈਂ ਦੇਖਦਾ ਕਿ ਛੋਟੀ ਉਮਰ ਵਿੱਚ ਹੀ ਬੜੇ ਪੰਜਾਬੀ ਮੋਟੇ ਹੁੰਦੇ ਜਾ ਰਹੇ ਨੇ ਕਿਉਂਕਿ ਉਹ ਖਾਂਦੇ ਤਾਂ ਹੈ ਪਰ ਉਹਨੂੰ ਵਰਤਦੇ ਨਹੀਂ ਹੈਗੇ ਕਿਉਂਕਿ ਘਰਾਂ ਘਰਾਂ ਵਿੱਚ ਭਈਏ ਨੇ ਭਈਆ ਪੱਠੇ ਲਿਆ ਰਿਹਾ ਭਈਆ ਪੱਠੇ ਵੱਢ ਰਿਹਾ ਭਈਆ ਸਿਲੰਡਰ ਚੁੱਕ ਕੇ ਲਿਆ ਰਿਹਾ ਭਈਆ ਜਿਹੜੀ ਉਹ ਲੇਡੀਜ਼ ਹੈਗੀਆਂ ਨੇ ਉਹ ਝਾੜੂ ਪੋਚਾ ਕਰ ਰਹੀਆਂ ਨੇ ਜਾਂ ਹੋਰ ਕੰਮ ਕਰ ਰਹੀਆਂ ਨੇ ਹੋਰ ਘਰਾਂ ਵਿੱਚ ਬੰਦੇ ਕਾਇਮ ਦਾਇਮ ਸਿਹਤ ਦੇ ਪੱਖੋਂ ਬਿਲਕੁਲ ਠੀਕ ਠਾਕ ਹੁੰਦੇ ਨੇ ਉਹਦਾ ਨਤੀਜਾ ਕੀ ਨਿਕਲ ਰਿਹਾ ਹਾਈਪਰ ਟੈਨਸ਼ਨ ਜਿਹਨੂੰ ਬਲੱਡ ਪ੍ਰੈਸ਼ਰ ਕਰ ਰਹੇ ਹਾਂ ਉਹਦੀ ਦਰ ਵੱਧਦੀ ਪਈ ਹੈ ਹਾਰਟ ਅਟੈਕ ਦੀ ਦਰ ਵੱਧਦੀ ਪਈ ਹੈ ਅਤੇ ਡਾਇਬਿਟੀਜ਼ ਜਿਹੜੀ ਉਹ ਸ਼ੂਗਰ ਦੀ ਜਿਹੜੀ ਪੱਧਰ ਹੈ ਉਹ ਵੀ ਵੱਧਦੀ ਪਈ ਹੈ ਹੁਣ ਇਹ ਚੀਜ਼ਾਂ ਸਾਰੇ ਸੰਸਾਰ ਵਿੱਚ ਨੇ ਪਰ ਬਾਕੀ ਸੰਸਾਰ ਦੇ ਲੋਕ ਐਜੂਕੇਸ਼ਨ ਪੱਖੋਂ ਜਾਗਰੂਕ ਹੋਣ ਦੇ ਕਾਰਨ ਇਹਨਾਂ ਅਲਾਮਤਾਂ ਨੂੰ ਆਪਣੇ ਆਪ ਨੂੰ ਬਚਾ ਲੈਂਦੇ ਨੇ ਪਰ ਕਿਉਂਕਿ ਇਹ ਨਵੀਂ ਖੁਸ਼ਹਾਲੀ ਅਚਾਨਕ ਪੰਜਾਬ ਵਿੱਚ ਪਿਛਲੇ 15-20 ਸਾਲਾਂ ਵਿੱਚ ਆਈ ਹੈ ਅਤੇ ਮਨੁੱਖ ਦੀ ਕੁਦਰਤੀ ਫਿਤਰਤ ਵੀ ਹੁੰਦੀ ਹੈ ਕਿ ਜਿਹੜਾ ਮਨੁੱਖ ਹੈ ਹਮੇਸ਼ਾ ਸੌਖਾ ਅਤੇ ਛੋਟਾ ਰਾਹ ਲੱਭਦਾ ਜਿਵੇਂ ਅਸੀਂ ਕਹਿੰਦੇ ਸ਼ੋਰਟਕੱਟਸ ਉਹ ਪਾਲਣ ਵਿੱਚ ਕੋਈ ਬੁਰਾਈ ਨਹੀਂ ਹੈਗੀ ਪਰ ਬਸ਼ਰਤੇ ਕਿ ਅਸੀਂ ਆਪਣੀ ਵਿਵੇਕ ਬੁੱਧੀ ਜਿਹੜੀ ਹੈ ਉਹਨੂੰ ਨਾਲ ਵਰਤੀਏ ਬਿਲਕੁਲ ਮੈਂ ਮਸਲਾ ਇੱਕ ਉਦਾਹਰਣ ਹੈ ਸਕੂਟਰ ਲੈਣਾ ਅਤੇ ਰੱਖਣਾ ਕੋਈ ਮਾੜੀ ਗੱਲ ਨਹੀਂ ਪਰ ਜੇ ਮੈਂ ਆਪਣੇ ਪਿੰਡ ਦੇ ਬਾਹਰ ਅੱਧਾ ਪੌਣਾ ਕਿਲੋਮੀਟਰ 'ਤੇ ਪੱਠੇ ਲੈਣ ਸਕੂਟਰ 'ਤੇ ਜਾ ਰਿਹਾ ਅਤੇ ਫਿਰ ਇਹਦੇ ਨਾਲ ਮੈਂ ਵਿਵੇਕ ਬੁੱਧੀ ਆਪਣੀ ਨਹੀਂ ਵਰਤ ਰਿਹਾ ਹਾਂ ਪਰ ਜੇ ਮੈਂ 5-6 ਕਿਲੋਮੀਟਰ ਦੂਰ ਜਾਣਾ ਹੈ ਉੱਥੇ ਮੈਂ ਸਕੂਟਰ ਵਰਤਣਾ ਤਾਂ ਬੜੀ ਜਾਇਜ਼ ਗੱਲ ਹੈ ਸਹੀ ਹੈਗਾ ਸੋ ਅਸੀਂ ਇਹ ਦੇਖ ਰਹੇ ਹਾਂ ਕਿ ਜਦੋਂ ਇਹ ਚੀਜ਼ਾਂ ਆਉਂਦੀਆਂ ਅਤੇ ਅਸੀਂ ਇਹਨਾਂ ਚੀਜ਼ਾਂ 'ਤੇ ਲੋੜ ਤੋਂ ਵੱਧ ਨਿਰਭਰ ਹੋ ਜਾਂਦੇ ਹਾਂ ਅਤੇ ਆਪਣੇ ਸੁੱਖ ਆਰਾਮ ਦੀ ਜ਼ਿੰਦਗੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਪਰ ਗੁਰੂ ਸਾਹਿਬ ਗੁਰਬਾਣੀ 'ਚ ਫਰਮਾਉਂਦੇ ਹਨ ਜੈ ਭੋਗੰਗ ਤੈ ਰੋਗੰਗ ਜਿੱਥੇ ਮਨੁੱਖ ਨੂੰ ਇਹ ਇੰਦਰੀਆਂ ਦੇ ਭੋਗ ਇੰਦਰੀਆਂ ਦੇ ਸੁੱਖ ਭੋਗਣ ਦੀ ਬਿਰਤੀ ਰੁਚੀ ਪੈ ਜਾਏ ਉੱਥੇ ਜਿਹੜੇ ਰੋਗ ਨੇ ਉਹ ਸਰੀਰ ਵਿੱਚ ਆਪਣਾ ਥਾਂ ਬਣਾ ਲੈਂਦੇ ਹਨ ਪਰ ਇੱਕ ਪਾਸੇ ਮੈਨੂੰ ਇੱਕ ਗੱਲ ਹੋਰ ਚੰਗੀ ਵੀ ਹੈ ਦੇਖਣ ਨੂੰ ਆ ਰਹੀ ਹੈ ਕਿ ਸਾਰੇ ਸਿੱਖ ਹਵੇਸਲੇ ਨਹੀਂ ਹੈਗੇ ਜਿਹੜੇ ਸਿਆਣੇ ਸਿੱਖ ਨੇ ਸਮਾਜ ਵਿੱਚ ਉਹ ਇਸ ਸਮੱਸਿਆ ਦੇ ਪ੍ਰਤੀ ਜਾਗਰੂਕ ਵੀ ਨੇ ਅਤੇ ਲਾਮਬੰਦ ਵੀ ਹੋ ਰਹੇ ਨੇ ਅਤੇ ਕੰਮ ਵੀ ਕਰ ਰਹੇ ਨੇ ਅਤੇ ਮੈਨੂੰ ਇਸ ਗੱਲ ਦੀ ਆਸ ਹੈ ਕਿ ਬਹੁਤ ਛੇਤੀ ਇਹ ਜਿਹੜੀ ਸਮੱਸਿਆ ਤੋਂ ਯੂ ਟਰਨ ਜਿਹੜਾ ਹੈਗਾ ਉਹ ਸਾਨੂੰ ਦੇਖਣ ਨੂੰ ਮਿਲੇਗਾ ਕਿਰਤ ਦੀਆਂ ਗੱਲਾਂ ਹੋ ਰਹੀਆਂ ਨੇ ਵਿੱਦਿਆ ਦੀਆਂ ਗੱਲਾਂ ਹੋ ਰਹੀਆਂ ਨੇ ਪੜ੍ਹਨ ਪੜ੍ਹਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਇੰਟਰਪ੍ਰੈਨਰਸ਼ਿਪ ਦੀਆਂ ਗੱਲਾਂ ਹੋ ਰਹੀਆਂ ਨੇ
ਸਹਿਜ ਪਾਠ ਦੀਆਂ ਗੱਲਾਂ ਹੋ ਰਹੀਆਂ ਨੇ। ਸੋ ਅਗਰ ਇਹ ਗੱਲਾਂ ਲਾਮਬੰਦ ਤਰੀਕੇ ਨਾਲ ਨਿਰੰਤਰ ਦੇ ਨਾਲ ਨਿਰੰਤਰਤਾ ਦੇ ਨਾਲ ਇਮਾਨਦਾਰੀ ਦੇ ਨਾਲ ਨਿਸ਼ਕਾਮ ਹੋ ਕੇ ਕੀਤੀਆਂ ਜਾਣ ਔਰ ਸਾਰੀਆਂ ਸੰਸਥਾਵਾਂ ਰਲ ਮਿਲ ਕੇ, ਇੱਥੇ ਮੈਂ ਸੰਸਥਾਵਾਂ ਦਾ ਬਾਰੇ ਇਹ ਕਹਾਂਗਾ ਕਿ ਆਪਣੀ ਸੰਸਥਾ ਨਾਲ ਪਿਆਰ ਨਾ ਕਰੋ, ਪਿਆਰ ਪੰਥ ਨਾਲ ਅਤੇ ਸਮਾਜ ਨਾਲ ਕਰੋ। ਸੰਸਥਾ ਸਿਰਫ ਸਮਾਜ ਵਿੱਚ ਵਿਚਰਨ ਦਾ, ਗੁਰਮਤ ਦਾ ਪ੍ਰਚਾਰ ਕਰਨ ਦਾ ਸਾਧਨ ਹੈ। ਸੰਸਥਾ ਦੀ ਉਸਾਰੀ ਜਾਂ ਸੰਸਥਾ ਦੀ ਮਸ਼ਹੂਰੀ ਉਹ ਸਾਡਾ ਜਿਹੜਾ ਨਿਸ਼ਾਨਾ ਨਹੀਂ ਹੋਣਾ ਚਾਹੀਦਾ। ਸੋ ਆਪਣਾ ਬੈਨਰ ਜਾਂ ਆਪਣਾ ਨਾਂ ਉਹਨੂੰ ਲਾਂਭੇ ਰੱਖ ਕੇ ਇਕੱਠੇ ਰਲ ਮਿਲ ਕੇ ਟੀਮ ਵਰਕ ਦੇ ਨਾਲ ਜੇ ਕੰਮ ਕੀਤਾ ਜਾਵੇ ਤਾਂ ਮੈਂ ਸਮਝਦਾ ਕਿ ਆਉਣ ਵਾਲੇ 10 ਸਾਲਾਂ ਵਿੱਚ ਤੁਸੀਂ ਪੰਜਾਬ ਦਾ ਉਹ ਰੂਪ ਦੇਖੋਗੇ ਜਿਹੜਾ ਕਿ ਅਸੀਂ ਸੁਪਨਿਆਂ ਵਿੱਚ ਸੁੰਜੋਇਆ ਹੋਇਆ ਹੈ। ਅਤੇ ਕੈਪਟਨ ਸਾਹਿਬ, ਤੁਹਾਨੂੰ ਮੈਂ ਇੱਥੇ ਇੱਕ ਗੱਲ ਜ਼ਰੂਰ ਪੁੱਛਣੀ ਚਾਹਾਂਗਾ ਕਿ ਪੰਜਾਬ ਅਤੇ ਹਿੰਦੁਸਤਾਨ ਦੇ ਬਾਕੀ ਸੂਬਿਆਂ ਦੇ ਵਿੱਚ ਤੁਸੀਂ ਵੱਡਾ ਅੰਤਰ ਕੀ ਦੇਖਦੇ ਹੋ? ਮੈਂ ਸ਼ਿਪ ਰਾਹੀਂ ਜਿੱਥੇ ਕਿ ਵਿਦੇਸ਼ਾਂ ਵਿੱਚ ਗਿਆ ਹਾਂ ਉੱਥੇ ਹੀ ਮੈਂ ਆਪਣੇ ਸ਼ਿਪ ਰਾਹੀਂ ਜਿਹੜੇ ਸਾਡੇ ਦੇਸ਼ ਦੇ ਦੂਜੇ ਸੂਬੇ ਨੇ ਉਹਨਾਂ 'ਤੇ ਬੰਦਰਗਾਹਾਂ ਹੈਗੀਆਂ, ਜਿਵੇਂ ਵਿਸ਼ਾਖਾਪਟਨਮ ਹੋ ਗਿਆ, ਮਦਰਾਸ ਹੋ ਗਿਆ, ਨਿਊ ਮੈਂਗਲੋਰ ਹੋ ਗਿਆ, ਮੈਂ ਇਹਨਾਂ ਜਗ੍ਹਾ 'ਚ ਵੀ ਗਿਆ ਅਤੇ ਉੱਥੇ ਦੇ ਲੋਕਾਂ ਨੂੰ ਬੜੇ ਨੇੜਿਓਂ ਹੋ ਕੇ ਦੇਖਿਆ ਹੈ। ਜਦੋਂ ਅਸੀਂ ਬੰਦਰਗਾਹ 'ਤੇ ਬਾਹਰ ਘੁੰਮਣ ਜਾਂਦੇ ਹਾਂ ਤਾਂ ਉਹਨਾਂ ਲੋਕਾਂ ਦੇ ਨਾਲ ਸਾਡਾ ਮੇਲਜੋਲ ਹੁੰਦਾ ਹੈ। ਅਤੇ ਮੈਂ ਇੱਕ ਬੜੀ ਹੀ ਮਹੱਤਵਪੂਰਨ ਗੱਲ ਨੋਟ ਕੀਤੀ ਹੈ ਅਤੇ ਕੁਛ ਮੈਨੂੰ ਸੱਜਣ ਮਿੱਤਰ ਵੀ ਮਿਲੇ ਨੇ ਜਿਨ੍ਹਾਂ ਨੇ ਕੁਛ ਐਸੀਆਂ ਗੱਲਾਂ ਦੱਸੀਆਂ ਜਿਹਦੇ ਰਾਹੀਂ ਉਹ ਨਤੀਜਾ ਦੇ ਬਾਰੇ ਜਿਹੜੇ ਵਿਚਾਰ ਨੇ ਹੋਰ ਉਹਦੀ ਪ੍ਰੋੜਤਾ ਹੁੰਦੀ ਹੈ। ਉਹ ਗੱਲ ਇਹ ਵੀ ਕਿ ਬਾਹਰਲੇ ਸੂਬੇ ਜਿਹੜੇ ਹੈਗੇ ਨੇ ਉਹਨਾਂ ਵਿੱਚ ਪੜ੍ਹਨ ਦੀ ਰੁਚੀ ਬਹੁਤ ਜ਼ਿਆਦਾ ਹੈਗੀ ਹੈ ਅਤੇ ਸਾਡੇ ਪੰਜਾਬ ਦੇ ਵਿੱਚ ਰੀਡਿੰਗ ਹੈਬਿਟ ਜਿਹਨੂੰ ਕਹਿੰਦੇ ਹਾਂ, ਇੱਥੇ ਪੜ੍ਹਨ ਦਾ ਮਤਲਬ ਸਕੂਲ ਜਾਣਾ ਨਹੀਂ ਹੈਗਾ, ਇੱਥੇ ਪੜ੍ਹਨ ਦਾ ਮਤਲਬ ਹੈ ਅਖਬਾਰ ਦੇ ਵੀ ਲੇਖ ਜਾਂ ਸੰਪਾਦੀਆਂ ਪੜ੍ਹਨੀਆਂ ਜਾਂ ਸਾਹਿਤ ਪੜ੍ਹਨਾ, ਕਹਾਣੀਆਂ ਪੜ੍ਹਨੀਆਂ, ਕੋਈ ਨਿਬੰਧ ਪੜ੍ਹਨੇ, ਲੇਖ ਪੜ੍ਹਨੇ ਜਾਂ ਹੋਰ ਐਕਸਟਰਾ ਕਿਤਾਬਾਂ ਪੜ੍ਹਨੀਆਂ। ਜਿਵੇਂ ਕਿ ਮੈਂ ਉਦਾਹਰਨ ਦਿੰਦਾ, ਮੈਨੂੰ ਇੱਕ ਸੱਜਣ ਮਿਲੇ ਜਿਹੜੇ ਕਿ ਸ਼ਾਇਦ ਪੰਜਾਬ ਭਵਨ ਦੇ ਵਿੱਚ ਮੁਖੀ ਹਨ ਅਤੇ ਉਹਨਾਂ ਦੀ ਇਹ ਡਿਊਟੀ ਲੱਗਦੀ ਹੈ ਕਿ ਉਹ ਸੂਬਿਆਂ ਵਿੱਚ ਜਾ ਕੇ ਕਿਤਾਬਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਕਰਦੇ ਹਨ। ਉਹਨਾਂ ਨੇ ਮੈਨੂੰ ਦੱਸਿਆ ਕਿ ਜਦੋਂ ਉਹ ਬਿਹਾਰ ਦੇ ਵਿੱਚ ਪ੍ਰਦਰਸ਼ਨੀ ਲਗਾਉਂਦੇ ਹਨ ਅਤੇ ਉਹਨਾਂ ਦੀ ਕਿਤਾਬਾਂ ਦੀ ਵਿਕਰੀ ਜਿਹੜੀ ਹੈ ਉਹ ਲੱਖਾਂ ਵਿੱਚ ਹੁੰਦੀ ਹੈ ਅਤੇ ਉੱਥੇ ਜਿਹੜਾ ਇੱਕ ਰਿਕਸ਼ਾ ਚਲਾਉਣ ਵਾਲਾ ਜਾਂ ਚਾਹ ਵੇਚਣ ਵਾਲਾ ਜਾਂ ਕੋਈ ਚਪੜਾਸੀ ਵੀ ਹੈਗਾ ਜਿਹਦੀ ਮਸੀ ਖਿੱਚ ਧੋ ਕੇ ਤਨਖਾਹ ਕਿੰਨੀ 4-5 ਹਜ਼ਾਰ ਵੀ ਹੋਏਗੀ, ਉਹ ਵੀ ਕੋਈ ਨਾ ਕੋਈ ਕਿਤਾਬ ਖਰੀਦਦਾ ਹੈ। ਅਤੇ ਕਹਿੰਦੇ ਜਦੋਂ ਉਹੀ ਪ੍ਰਦਰਸ਼ਨੀ ਪੰਜਾਬ ਵਿੱਚ ਲਗਾਈ ਜਾਂਦੀ ਹੈ ਤਾਂ ਬੜੀ ਮੁਸ਼ਕਿਲ ਨਾਲ ਕੁਛ 10 ਹਜ਼ਾਰ, 20 ਹਜ਼ਾਰ, 40 ਹਜ਼ਾਰ ਇੱਦਾਂ ਦੀ ਕੋਈ ਮਾੜੀ ਮੋਟੀ ਖਿੱਚ ਧੋ ਕੇ ਉਹ ਵੀ ਬੜਾ ਜ਼ੋਰ ਲਾ ਕੇ ਸੇਲ ਹੁੰਦੀ ਹੈ। ਇਹਦਾ ਕਾਰਨ ਫਿਰ ਮੈਂ ਦੇਖਿਆ ਕਿ ਪੰਜਾਬ ਬੇਸ਼ੱਕ ਜ਼ਿਆਦਾ ਖੁਸ਼ਹਾਲ ਹੈ, ਪੈਸੇ ਜ਼ਿਆਦਾ ਨੇ, ਪਰ ਸਾਡੇ ਪੈਸੇ ਗਲਤ ਪਾਸੇ ਜਾਂਦੇ ਨੇ। ਤੁਸੀਂ ਸਰਵੇਖਣ ਕਰਾ ਲਓ, ਦੂਜੇ ਸੂਬਿਆਂ ਵਿੱਚ ਰੈਸਟੋਰੈਂਟ ਹੋਟਲ ਕਿੰਨੇ ਨੇ ਅਤੇ ਪੰਜਾਬ ਵਿੱਚ ਰੈਸਟੋਰੈਂਟ ਹੋਟਲ ਕਿੰਨੇ ਨੇ? ਦੂਜੇ ਸੂਬਿਆਂ ਵਿੱਚ ਮਾਲ ਜਾਂ ਕੱਪੜਿਆਂ ਦੀ ਦੁਕਾਨਾਂ ਜਾਂ ਜੁੱਤੀਆਂ ਦੀ ਦੁਕਾਨਾਂ ਕਿੰਨੀਆਂ ਨੇ ਅਤੇ ਸਾਡੇ ਸੂਬੇ ਵਿੱਚ ਕਿੰਨੀਆਂ ਹਨ? ਜ਼ਿਆਦਾ ਕਾਰਾਂ ਮਰਸੀਡੀਜ਼, ਆਡੀ, BMW ਜਿਹਨਾਂ ਨੂੰ ਸਟੇਟਸ ਸਿੰਬਲ ਨਾਲ ਜੁੜਿਆ ਉਹ ਕਿੱਥੇ ਹੈਗੀਆਂ? ਜ਼ਿਆਦਾ ਬੁਲਟ ਕਿੱਥੇ ਹੈਗੀਆਂ? ਇਹਦਾ ਮਤਲਬ ਕਿ ਸਾਡੇ ਪੰਜਾਬੀਆਂ ਦੀ ਰੁਚੀ ਵੱਡੇ ਘਰ ਬਣਾਉਣ ਵਿੱਚ, ਟੈਲਾਂ ਲਾਉਣ ਵਿੱਚ, ਪੱਥਰ ਲਾਉਣ ਵਿੱਚ, ਮੋਟਰਸਾਈਕਲ ਖਰੀਦਣ ਵਿੱਚ, ਗੱਡੀਆਂ ਖਰੀਦਣ ਵਿੱਚ, ਕੱਪੜੇ ਖਰੀਦਣ ਵਿੱਚ, ਇਹਨਾਂ ਵਿੱਚ ਬਹੁਤ ਜ਼ਿਆਦਾ ਹੈ, ਲੋੜ ਤੋਂ ਵੱਧ ਹੈ। ਜਦੋਂ ਅਸੀਂ ਨਿਊ ਮੈਂਗਲੋਰ ਜਾਂਦੇ ਸੀ, ਵਿਸ਼ਾਖਾਪਟਨਮ ਜਾਂਦੇ ਸੀ, ਕਲਕੱਤਾ ਜਾਂਦੇ ਸੀਗੇ ਅਤੇ ਸਵੇਰ ਦੇ ਵੇਲੇ ਜਾਂ ਸ਼ਾਮ ਦੇ ਵੇਲੇ ਔਫਿਸ ਟਾਈਮ ਜਿਹੜਾ ਹੁੰਦਾ ਉੱਥੇ ਲੋਕਾਂ ਨੂੰ ਦਫ਼ਤਰ ਜਾਂਦੇ ਵੀ ਦੇਖਦੇ ਸੀਗੇ ਅਤੇ ਅਸੀਂ ਹੈਰਾਨ ਹੋ ਜਾਂਦੇ ਸੀਗੇ ਕਿ ਉਹਨਾਂ ਦੀ ਸਾਦਗੀ ਦੇਖ ਕੇ। ਉਹ ਇੰਨੇ ਪੜ੍ਹੇ ਲਿਖੇ ਵੱਡੇ ਵੱਡੇ ਦਫ਼ਤਰਾਂ 'ਚ ਕੰਮ ਕਰਨ ਵਾਲੇ ਉੱਚੇ ਅਹੁਦਿਆਂ 'ਤੇ, ਪਰ ਪੈਰ 'ਚ ਸੈਂਡਲ ਪਾਏ ਹੁੰਦੇ ਸੀਗੇ, ਟੈਰੀਕੋਟ ਦੀ ਪੈਂਟ ਦੇ ਬਾਹਰ ਕੱਢੀ ਹੋਈ ਕਮੀਜ਼ ਹੁੰਦੀ ਸੀ ਅੱਧੀ ਬਾਂਹ ਦੀ, ਅਤੇ ਬੜਾ ਹੀ ਉਹਨਾਂ ਦਾ ਲਿਬਾਸ ਬੜਾ ਹੀ ਸਾਦਾ ਹੁੰਦਾ ਸੀ। ਪਰ ਇੱਥੇ ਅਸੀਂ ਦੇਖਦੇ ਹਾਂ ਕਿ ਇਹ ਬਣਨ ਠਣਨ ਦਾ, ਤਿਆਰ ਹੋਣ 'ਤੇ ਵਾਧੂ ਦਾ ਸਮਾਂ ਲੈਣਾ, ਘੰਟਿਆਂ ਬੱਧੀ ਤਿਆਰ ਹੋ ਜਾਣਾ, ਮੈਚਿੰਗ ਕਰ ਕਰਕੇ ਕੱਪੜੇ ਪਾਉਣੇ, ਜਦੋਂ ਮਨੁੱਖ ਇਹਨਾਂ ਚੀਜ਼ਾਂ 'ਤੇ ਹੀ ਧਿਆਨ ਲਾਈ ਜਾਏਗਾ, ਇਹਨਾਂ ਚੀਜ਼ਾਂ 'ਤੇ ਪੈਸਾ ਖਰਚੀ ਜਾਏਗਾ ਅਤੇ ਉਹ ਪੜ੍ਹਨ ਲਈ ਉਹਦੀ ਦਿਮਾਗੀ ਜਿਹੜੀ ਸ਼ਕਤੀ ਹੈ ਉਹ ਰਹਿ ਨਹੀਂ ਜਾਏਗੀ। ਔਰ ਇਹੀ ਕਾਰਨ ਜਿਹੜੇ ਸਮਾਜਿਕ ਗਿਆਨੀ ਦੱਸਦੇ ਨੇ ਕਿ ਪੰਜਾਬ ਵਿੱਚ ਡੇਰੇ ਕਿਉਂ ਜ਼ਿਆਦਾ ਨੇ, ਬਾਕੀ ਸੂਬਿਆਂ ਵਿੱਚ ਡੇਰੇ ਇੰਨੇ ਨਹੀਂ ਹੈਗੇ, ਉਹਦਾ ਕਾਰਨ ਵੀ ਉਹਨਾਂ ਨੇ ਇਹੀ ਦੱਸਿਆ। ਸਮਾਜਿਕ ਗਿਆਨੀਆਂ ਨੇ ਜਿਹੜੇ ਸੋਸ਼ੋਲੋਜਿਸਟ ਹੁੰਦੇ ਨੇ, ਉਹ ਕਹਿੰਦੇ ਕਿ ਪੰਜਾਬ ਦੇ ਲੋਕਾਂ ਵਿੱਚ ਪੜ੍ਹਨ ਦੀ ਰੁਚੀ ਨਹੀਂ ਹੈਗੀ, ਕਿਉਂਕਿ ਪੜ੍ਹਨਾ ਆਪਣੇ ਆਪ ਵਿੱਚ ਇੱਕ ਮਨ ਦੀ ਖੁਰਾਕ ਹੈ, ਰੂਹ ਦੀ ਖੁਰਾਕ ਹੈ। ਇੱਥੇ ਲੋਕ ਜ਼ਿਆਦਾ ਸੁਣਨਾ ਪਸੰਦ ਕਰਦੇ ਨੇ ਕਿ ਕੋਈ ਬੰਦਾ ਕਥਾ ਕਰੀ ਜਾਵੇ, ਕੋਈ ਬੰਦਾ ਪ੍ਰਵਚਨ ਕਰੀ ਜਾਵੇ, ਅਤੇ ਫਿਰ ਉਹ ਕਿਉਂਕਿ ਪੜ੍ਹਦੇ ਨਹੀਂ ਹੈਗੇ, ਕਿਉਂਕਿ ਉਹ ਸਿਰਫ ਇੱਕ ਬਲੈਂਕ ਸਲੇਟ ਹੁੰਦੇ ਨੇ, ਅਰਥਾਤ ਉਹਨਾਂ ਦੇ ਕੋਈ ਵਿਚਾਰ ਨਹੀਂ ਬਣੇ ਹੁੰਦੇ, ਦਿਮਾਗ ਉਹਨਾਂ ਦਾ ਵਿਕਸਿਤ ਨਹੀਂ ਹੋਇਆ ਹੁੰਦਾ, ਇਸ ਕਰਕੇ ਉਹਨਾਂ ਨੂੰ ਜੋ ਮਰਜ਼ੀ ਸੁਣਾ ਦਿਉ। ਇਕੱਲੇ ਡੇਰੇ ਨਹੀਂ, ਮੈਨੂੰ ਇੱਕ ਹੋਰ ਬੜੀ ਮਜ਼ੇਦਾਰ ਗੱਲ ਪਤਾ ਲੱਗੀ, ਕਿਉਂਕਿ ਇਹ ਪੜ੍ਹਦੇ ਨਹੀਂ ਹੈਗੇ, ਇਹਨਾਂ ਦਾ ਦਿਮਾਗ ਵਿਕਸਿਤ ਨਹੀਂ ਹੋਇਆ ਹੁੰਦਾ। ਜਦੋਂ ਇੰਸ਼ੋਰੈਂਸ ਕੰਪਨੀਆਂ ਬਾਹਰਲੀਆਂ ਇੱਥੇ ਆਈਆਂ, ਹੁਣ ਤਾਂ ਗੌਰਮੈਂਟ ਨੇ ਉਹਨਾਂ 'ਤੇ ਕੁੰਡਾ ਲਾ ਦਿੱਤਾ ਅਤੇ ਇਹਨਾਂ ਨੇ ਬੜੇ ਲੋਕਾਂ ਨੂੰ ਉੱਲੂ ਬਣਾਇਆ, ਬੜੇ ਲੋਕਾਂ ਨੂੰ ਠੱਗਿਆ। ਅਤੇ ਮੇਰਾ ਇੱਕ ਮਿੱਤਰ ਜੋ ਫਾਈਨੈਂਸ ਵਿੱਚ ਹੈਗਾ, ਜਦੋਂ ਮੈਂ ਉਹਨਾਂ ਗੱਲ ਸਾਂਝੀ ਕੀਤੀ
ਤੇ ਉਹਨੇ ਮੇਰੇ ਨਾਲ ਇੱਕ ਬੜਾ ਸ਼ੌਕਿੰਗ ਤੱਥ ਸਾਂਝਾ ਕੀਤਾ। ਕਹਿੰਦੇ ਵੀਰ ਜੀ, ਤੁਹਾਨੂੰ ਪਤਾ ਕਿ ਜਿਹੜੇ ਬੰਦੇ ਠੱਗੇ ਗਏ ਇੰਸ਼ੋਰੈਂਸ ਵਿੱਚ, ਇਹਨਾਂ ਦੀ ਸਭ ਤੋਂ ਵੱਡੀ ਗਿਣਤੀ ਕਿਹੜੇ ਸੂਬੇ 'ਚ ਹੈਗੀ ਹੈ? ਮੈਂ ਕਿਹਾ ਮੈਨੂੰ ਨਹੀਂ ਪਤਾ। ਕਹਿੰਦੇ ਠੱਗੇ ਗਏ ਜਿਹੜੇ ਬੰਦੇ ਸੀਗੇ ਪੂਰੇ ਹਿੰਦੁਸਤਾਨ ਵਿੱਚ, ਉਹ ਤੋਂ ਸਭ ਤੋਂ ਵੱਡੀ ਪਰਸੈਂਟੇਜ ਜਿਹੜੀ ਸੀਗੀ ਉਹ ਪੰਜਾਬ ਵਿੱਚ ਸੀ, ਜਿਹੜੇ ਬੰਦੇ ਇੰਸ਼ੋਰੈਂਸ ਏਜੰਟਾਂ ਰਾਹੀਂ ਠੱਗੇ ਗਏ। ਟਰੈਵਲ ਏਜੰਟਾਂ ਰਾਹੀਂ ਵੀ ਪੰਜਾਬੀ ਜ਼ਿਆਦਾ ਠੱਗੇ ਜਾਂਦੇ ਨੇ। ਤੁਸੀਂ ਦੇਖ ਲਓ ਆਈਲੈਟਸ ਨੂੰ ਮੈਂ ਕਈ ਵਾਰ ਕਹਿੰਦਾ ਪੰਜਾਬੀ ਲੇਬਰ ਤਿਆਰ ਕਰਨ ਦਾ ਕੋਰਸ ਕੈਨੇਡਾ ਵਾਸਤੇ, ਹਾਲਾਂਕਿ ਇਹਦੀ ਫੁੱਲ ਫੋਰਮ ਤਾਂ ਹੈਗੀ ਹੈ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ, ਪਰ ਮੈਂ ਆਈਲੈਟਸ ਨੂੰ ਸਿੱਧੇ ਪੱਧਰੇ ਸ਼ਬਦਾਂ ਵਿੱਚ ਕਹਿੰਦਾ ਇਹ ਪੰਜਾਬੀ ਲੇਬਰ, ਪੜ੍ਹੀ ਲਿਖੀ ਲੇਬਰ ਤਿਆਰ ਕਰਨ ਦਾ ਇੱਕ ਕੋਰਸ ਹੈਗਾ, ਜਿਹਦੇ ਵਿੱਚ ਇੱਕ ਉੱਥੇ ਜਾ ਕੇ ਕੀ ਕਰਦੇ ਨੇ ਜਾਣੇ ਆਈਲੈਟਸ ਕਰਕੇ, ਕੋਈ ਟਰਾਲਾ ਪਾ ਲੈਂਦਾ, ਕੋਈ ਬਰਗਰ ਡਿਲੀਵਰ ਕਰਦਾ, ਕੋਈ ਪੀਜ਼ਾ ਡਿਲੀਵਰ ਕਰਦਾ, ਕੋਈ ਕੂਰੀਅਰ ਡਿਲੀਵਰ ਕਰਦਾ, ਕੋਈ ਕਿਸੇ ਕੈਸ਼ ਕਾਊਂਟਰ 'ਤੇ ਕਿਸੇ ਸਟੋਰ ਵਿੱਚ ਲੱਗ ਜਾਂਦਾ ਹੈ। ਸੋ ਜਿਹੜੇ ਛੋਟੇ ਮੋਟੇ ਅਨਸਕਿਲਡ ਲੇਬਰ ਜਿਹੜੀ ਹੈ, ਫਿਰ ਕਮਿਊਨੀਕੇਸ਼ਨ ਹੋ ਜਾਏ ਅਤੇ ਉੱਥੇ ਚੱਲ ਜਾਏ, 25-30 ਲੱਖ ਲਾ ਕੇ ਉੱਥੇ ਬਾਹਰ ਜਾਂਦੇ ਨੇ, ਉਹਨਾਂ ਨੂੰ ਫੀਸਾਂ ਦਿੰਦੇ ਨੇ, ਆਪਣੇ ਪੈਸੇ ਗਹਿਣੇ ਰੱਖ ਕੇ ਜਾਂਦੇ ਨੇ। ਉਹੀ ਨੌਜਵਾਨ ਜੇ ਉਹ 25-30 ਲੱਖ ਕਿਤੇ ਮਿਊਚੁਅਲ ਫੰਡ 'ਚ ਲਾ ਦੇਵੇ, FD ਕਰਾ ਦੇਵੇ, ਅਤੇ 2-3 ਲੱਖ ਦੇ ਨਾਲ ਆਪਣੀ ਕੋਈ ਰੇਹੜੀ ਲਾ ਲਵੇ, ਕੋਈ ਦੁਕਾਨ 'ਚ ਲਾ ਲਵੇ, ਅਤੇ ਆਪਣਾ ਬਿਜ਼ਨਸ ਸ਼ੁਰੂ ਕਰ ਲਵੇ, ਅਤੇ ਉਹ ਕੈਨੇਡਾ ਤੋਂ ਕਿਤੇ ਅੱਗੇ ਕੁਝ ਸਾਲਾਂ ਵਿੱਚ ਹੀ ਪਹੁੰਚ ਸਕਦਾ ਹੈ। ਸੋ ਇਹ ਸਾਰੀ ਅਗਲੀ ਗੱਲ ਜਿਹੜੀ ਹੈਗੀ, ਮੈਂ ਦੇਖੀ ਸਾਦਗੀ, ਇੱਥੇ ਬੰਦੇ ਆਪਣੇ ਪੈਸੇ ਬੜੇ ਵੇਸਟ ਕਰਦੇ ਨੇ, ਉਹ ਪੈਸੇ ਦੀ ਕਿਸ਼ਤਾਂ ਪੂਰੀਆਂ ਨਹੀਂ ਹੁੰਦੀਆਂ, ਫਿਰ ਉਹ ਸੁਸਾਈਡ ਕਰਦੇ ਨੇ, ਡਿਪਰੈਸ਼ਨ ਵਿੱਚ ਚਲੇ ਜਾਂਦੇ ਨੇ। ਪਰ ਇਹਦਾ ਵਿੱਚ ਕਸੂਰ ਕਿਹਦਾ ਹੈਗਾ? ਕਸੂਰ ਮੈਂ ਸਮਝਦਾ ਜਿੱਦਾਂ ਗੁਰਬਾਣੀ 'ਚ ਗੁਰੂ ਸਾਹਿਬ ਨੇ ਲਿਖਿਆ, ਪੇੜ ਮੁੰਡਾ ਹੂੰ ਕੱਟਿਆ ਕਿਸ ਡਾਲ ਸੁਕੰਦੇ। ਜਿਹੜੇ ਆਪਣੇ ਪੁਰਾਣੇ ਸਿੱਖ ਸੀਗੇ ਉਹ ਸਹਿਜ ਪਾਠ ਕਰਦੇ ਸੀ, ਬਾਣੀ ਪੜ੍ਹਦੇ ਸੀ, ਗੁਰਦੁਆਰੇ ਜਾਂਦੇ ਸੀ, ਸੇਵਾ ਕਰਦੇ ਸੀ, ਇਸ ਕਰਕੇ ਉਹਨਾਂ ਦੇ ਅੰਦਰ ਇਹ ਸੇਵਾ, ਸਬਰ, ਸੰਤੋਖ ਦੇ ਗੁਣ ਸਹਿਜੇ ਹੀ ਆ ਜਾਂਦੇ ਸੀਗੇ। ਅਸੀਂ ਇਹਨਾਂ ਨੂੰ ਤਿਆਗ ਕੇ ਹੋਰ ਚੱਕਰਾਂ 'ਚ ਪੈ ਗਏ ਹਾਂ, ਅਤੇ ਇਸ ਕਰਕੇ ਜਿਹੜੀ ਸਾਡੇ ਦਿਲ ਦੀ ਹਰਿਆਵਲ ਸੀਗੀ ਉਹ ਖਤਮ ਹੋ ਗਈ ਹੈ, ਅਤੇ ਅਸੀਂ ਰੁੱਖੇ ਅਤੇ ਸੁੱਕੇ ਹੋ ਗਏ ਹਾਂ। ਅਤੇ ਤਾਂ ਹੀ ਇਹ ਸਾਡੀਆਂ ਪ੍ਰੋਬਲਮਾਂ ਜਿਹੜੀਆਂ, ਚਾਹੇ ਨਸ਼ੇ ਨੇ, ਚਾਹੇ ਆਪਣੇ ਤੁਹਾਡੇ ਸੁਸਾਈਡ ਹੈਗੀ ਹੈ, ਚਾਹੇ ਡਿਪਰੈਸ਼ਨ ਨੇ, ਇਹਦਾ ਮੂਲ ਕਾਰਨ ਇਹੀ ਹੈ। ਇਹਦਾ ਗੁਰਬਾਣੀ ਨੂੰ ਛੱਡ ਕੇ ਹੋਰ ਇਲਾਜ, ਹੋਰ ਤਰੀਕੇ ਲੱਭਣ ਦਾ ਐਫਰਟ ਕਰਨੇ, ਇਹ ਸਿਰਫ ਆਪਣਾ ਸਮਾਂ ਬਰਬਾਦ ਕਰਨ ਵਾਲੀ ਗੱਲ ਹੈ ਅਤੇ ਆਪਣੀ ਐਨਰਜੀ ਵੇਸਟ ਕਰਨ ਵਾਲੀ ਗੱਲ ਹੈ। ਸਾਨੂੰ ਸਿਰਫ ਅਤੇ ਸਿਰਫ ਸਮਾਜ ਨੂੰ, ਪੰਜਾਬ ਨੇ ਪੂਰੇ ਸਮਾਜ ਨੂੰ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ। ਗੁਰਬਾਣੀ ਨਾਲ ਜੁੜਨ ਦੇ ਨਾਲ ਹੀ ਸੁਸਾਈਡ ਵੀ ਠੀਕ ਹੋ ਜਾਏਗੀ, ਨਸ਼ਿਆਂ ਦੀ ਪ੍ਰੋਬਲਮ ਵੀ ਠੀਕ ਹੋ ਜਾਏਗੀ, ਡਿਪਰੈਸ਼ਨ ਵੀ ਠੀਕ ਹੋ ਜਾਏਗਾ, ਅਤੇ ਕਿਰਤ ਕਰਨ ਦਾ ਜਿਹੜਾ ਸੰਕਲਪ ਹੈ ਉਹ ਵੀ ਮੁੜ ਕੇ ਸੁਰਜੀਤ ਹੋ ਜਾਏਗਾ। ਸਾਡੇ ਨਾਲ ਵਿਚਾਰ ਸਾਂਝੇ ਕਰਨ ਦਾ ਕੈਪਟਨ ਸਾਹਿਬ ਬਹੁਤ ਬਹੁਤ ਧੰਨਵਾਦ। ਪਿਛਲੇ ਐਪੀਸੋਡ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ। ਸਵਾਲ ਨੰਬਰ 1, ਸਿੱਖ ਧਰਮ ਵਿੱਚ ਪੈਦਾ ਹੋ ਕੇ ਕੇਸ ਕਤਲ ਕਰਵਾਉਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਇਸ ਸਵਾਲ ਦਾ ਸਹੀ ਜਵਾਬ ਹੈ ਆਪਸ਼ਨ 1, ਸਿਰ ਗੁੰਮ। ਸਵਾਲ ਨੰਬਰ 2, ਖਾਲੀ ਥਾਵਾਂ ਭਰੋ ਖਾਲਸਾ -- ਸੁਖਦਾਈ। ਇਸ ਸਵਾਲ ਦਾ ਸਹੀ ਜਵਾਬ ਹੈ ਆਪਸ਼ਨ 2, ਮਾਤ ਪਿਤਾ। ਖਾਲਸਾ ਮਾਤ ਪਿਤਾ ਸੁਖਦਾਈ। ਅੱਜ ਦੇ ਸਵਾਲ। ਸਵਾਲ ਨੰਬਰ 1, ਫਿਲ ਇਨ ਦ ਬਲੈਂਕ। ਰੀਡਰਸ ਆਰ -, ਆਪਸ਼ਨ 1 ਟੀਚਰਸ, ਆਪਸ਼ਨ 2 ਲੀਡਰਸ, ਆਪਸ਼ਨ 3 ਪ੍ਰੀਚਰਸ, ਆਪਸ਼ਨ 4 ਪ੍ਰਮੋਟਰਸ। ਸਵਾਲ ਨੰਬਰ 2, ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ? ਆਪਸ਼ਨ 1, ਵਿਆਹਾਂ ਸਮੇਂ ਲੈਣ ਦੇਣ ਨਾ ਕਰੀਏ। ਆਪਸ਼ਨ 2, ਜੇ ਨਿੱਕ ਸੁੱਕ ਦਿੱਤਾ ਲਿਆ ਜਾਂਦਾ ਹੈ ਤਾਂ ਉਸ ਵਿੱਚ ਗਲਤੀਆਂ ਨਾ ਕੱਢੀਏ। ਆਪਸ਼ਨ 3, ਗਲਤੀਆਂ ਕੱਢਣ ਦੀ ਥਾਂ 'ਤੇ ਕਮਾਲ ਕਮਾਲ ਕਹੀਏ। ਆਪਸ਼ਨ 4, ਉਪਰੋਕਤ ਸਾਰੇ। ਸਵਾਲਾਂ ਦੇ ਜਵਾਬ ਕੇਵਲ ਆਨਸਰ ਲਿੰਕ ਰਾਹੀਂ ਭੇਜੋ, ਵਟਸਐਪ ਜਾਂ ਯੂਟਿਊਬ 'ਤੇ ਨਹੀਂ। ਇਹ ਲਿੰਕ ਤੁਹਾਡੇ ਮੋਬਾਈਲ ਵਿੱਚ ਭੇਜਿਆ ਜਾ ਚੁੱਕਾ ਹੈ, ਇਸ ਲਈ 98-556-12005 ਨੂੰ ਈ ਕੈਂਪ ਵਜੋਂ ਸੇਵ ਕਰੋ। ਫਿਰ ਵਟਸਐਪ ਵਿੱਚ ਇਸ ਈ ਕੈਂਪ ਦਾ ਕੰਟੈਕਟ ਖੋਲੋ। ਸੱਜੇ ਪਾਸੇ 3 ਡੋਟਸ ਦਬਾ ਕੇ ਵਿਊ ਕੰਟੈਕਟ ਦਬਾਓ। ਵੇਖੋ ਆਨਸਰ ਲਿੰਕ ਪਹਿਲੇ ਨੰਬਰ 'ਤੇ ਹੈ, ਇਹ ਦਬਾਓ ਅਤੇ ਆਨਸਰ ਕਰੋ। ਇਸ ਦੇ ਨਾਲ ਹੀ ਅੱਜ ਦੇ ਈ ਕੈਂਪ ਦੀ ਸਮਾਪਤੀ ਹੈ। ਅਗਲੇ ਹਫ਼ਤੇ ਇਸੇ ਸਮੇਂ ਫਿਰ ਆਪ ਜੀ ਦੇ ਦਰਸ਼ਨ ਕਰਾਂਗੇ। ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਲੋਬਲੀ ਕੈਂਪ, ਗਲੋਬਲੀ ਕੈਂਪ।
ਕਿੰਨੇ ਨਾਮ ਲਿਖਾਇਆ ਗੁਰੂ ਨਾਨਕ ਦਾ ਪੈਗਾਮ ਫੈਲਾਉਣ ਈ ਕ